ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਨੂੰ ਜਾਣ ਵਾਲਾ ਜੋ ਨਵਾਂ ਪੁਲ ਬਣ ਰਿਹਾ ਸੀ ਉਹ ਕਿਸੇ ਕਾਰਨ ਕਰਕੇ ਢਹਿ ਢੇਰੀ ਹੋ ਗਿਆ। ਬਣ ਤੋਂ ਪਹਿਲੇ ਹੀ ਢਹਿ ਢੇਰੀ ਹੋਣ ਨਾਲ ਲੋਕਾਂ ਦੇ ਵਿੱਚ ਬੜਾ ਰੋਸ ਸੀ। ਜਦ ਵਿਭਾਗ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਰੱਖਿਆ। ਆਓ ਦੇਖਦੇ ਹਾਂ ਕੀ ਕਹਿੰਦੇ ਹਨ ਵਿਭਾਗ ਦੇ ਕਰਮਚਾਰੀ। ਉਹਦੇ ਠੇਕੇਦਾਰ ਦੇ ਖਿਲਾਫ਼ ਜਿਹੜੀ ਕਾਰਵਾਈ, ਜਦੋਂ ਅਸੀਂ ਇਹਦਾ ਕੰਮ ਕਰ ਰਹੇ ਸੀ ਨਾ ਜੀ, ਮੈਨੂੰ SDO ਸਾਹਿਬ ਨੇ ਦੱਸਤਾ ਸੀਗਾ ਕਿ ਜਿਸ ਵੇਲੇ ਇਹਦਾ ਕੰਮ ਚੱਲ ਰਿਹਾ ਸੀ ਅਤੇ ਜਿਹੜਾ ਮਟੀਰੀਅਲ ਸਾਡਾ ਮਿਕਸ ਹੋ ਕੇ ਆ ਰਿਹਾ ਸੀ ਉਹਦੇ 'ਚ ਜਿਹੜੀਆਂ ਲਾਸਟ 2 ਗੱਡੀਆਂ ਆਈਆਂ ਨੇ ਉਹਨਾਂ 'ਚ ਕੋਈ ਪ੍ਰੋਬਲਮ ਆਈ ਸਲੰਪ ਟੈਸਟ ਦੀ, ਉਹਦੇ ਕਰਕੇ ਅਸੀਂ ਇਹਨੂੰ ਰੋਕ ਦਿੱਤਾ ਸੀਗਾ ਵੀ ਇਹਨੂੰ ਕੰਮ ਉੱਥੇ ਜਿਹੜਾ ਰੋਕ ਦਿੱਤਾ ਜਾਏ ਅਤੇ ਇਹਨੂੰ ਠੀਕ ਦਾ। ਜਿਸ ਵੇਲੇ ਕੰਮ ਰੋਕਿਆ ਤਾਂ ਕਿਸੇ ਇੱਕ ਪੁਆਇੰਟ 'ਤੇ ਨਾ ਡੈੱਡ ਲੋਡ ਵਧਣ ਕਰਕੇ ਅਤੇ ਇੱਕ ਜਗ੍ਹਾ 'ਤੇ ਕ੍ਰਿਬ ਜਿਹੜੀ ਸੀ ਥੋੜ੍ਹੀ ਜਿਹੀ ਡਾਊਨ ਹੋਈ ਸੀਗੀ, ਜਿਸ ਕਰਕੇ ਅਸੀਂ ਨਾਲ ਦੀ ਨਾਲ ਹੀ ਕੰਮ ਬੰਦ ਕਰਕੇ ਠੇਕੇਦਾਰ ਨੂੰ ਇਸ ਬਾਰੇ ਕਹਿ ਦਿੱਤਾ ਗਿਆ ਕਿ ਇਸ ਨੂੰ ਦੁਬਾਰਾ ਤੁਸੀਂ ਆਪਣੇ ਖਰਚੇ 'ਤੇ ਇਹਨੂੰ ਤੋੜ ਕੇ ਆਪਾਂ ਸਲੈਬ ਨੂੰ ਦੁਬਾਰਾ ਬਣਾਵਾਂਗੇ, ਤਾਂ ਕਿ ਅਜੇ ਸਲੈਬ ਵੈਸੇ ਵੀ ਪੂਰੀ ਕੰਪਲੀਟ ਹੋਈ ਨਹੀਂ ਸੀਗੀ ਅਤੇ ਵਿੱਚ ਹੀ ਸੀ, ਅਸੀਂ ਰੋਕ ਦਿੱਤਾ ਗਿਆ। ਇਸ ਕਰਕੇ ਇਹਨੂੰ ਹੁਣ ਦੁਬਾਰਾ ਡਿਸਮੈਂਟਲ ਕਰਕੇ ਨਵੇਂ ਸਿਰ ਤੋਂ ਪ੍ਰੋਪਰ ਤਰੀਕੇ ਨਾਲ ਠੇਕੇਦਾਰ ਦੇ ਆਪਣੇ ਖਰਚੇ ਉੱਪਰ ਹੀ ਬਣਾਈ ਜਾਵੇਗੀ।